ਲਓ ਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਫੈਕਟਰੀ ਆਊਟਲੈਟ ਦਾ ਇੱਥੇ ਆਈ ਲਵ ਪੁੱਛੋ ਲਿਖਿਆ ਹੋਇਆ ਹੈਗਾ ਅਮਰੀਕਨ ਹੋ ਗਿਆ ਜੀ ਬਾਈ ਦੇ ਨਾਲ ਸਵਿਫਟ ਗੱਡੀ ਦੇ ਉੱਤੇ ਆਏ ਹਾਂ ਅੱਜ ਆਪਾਂ ਆਈ ਲਵ ਪੁੱਛੋ ਦਾ ਸਾਈਨ ਲੱਗਿਆ ਹੋਇਆ ਹੈਗਾ ਜੀ ਇੱਥੇ ਅਤੇ ਇਹ ਹੈਗੀ ਹੈਗੀ ਮੇਨ ਐਂਟਰੀ ਜਿੱਥੇ ਜਾ ਕੇ ਆਪਣਾ ਸੈਂਟਰ ਪੁਆਇੰਟ ਬਣ ਜਾਂਦਾ ਹੈਗਾ ਇਹ ਬਾਈ ਦਾ ਨਾਮ ਹੈਗਾ ਮਨੀ ਬਾਤਿਸ਼ ਕੀ ਹਾਲ ਹੈ ਬਾਈ ਜੀ ਠੀਕ ਠਾਕ ਜੀ ਤੁਸੀਂ ਅੱਜ ਸਾਨੂੰ ਲੈ ਕੇ ਆਏ ਹੋਗੇ ਫੈਕਟਰੀ ਆਊਟਲੈਟ ਦੇ ਵਿੱਚ ਤੁਹਾਡਾ ਬੜਾ ਧੰਨਵਾਦ ਵੈਸੇ ਤਾਂ ਆਉਂਦੇ ਰਹਿੰਦੇ ਹੈਗੇ ਪਰ ਅੱਜ ਵਲੌਗ ਬਣਾਉਣ ਕਰਕੇ ਤੁਸੀਂ ਸਾਨੂੰ ਲੈ ਕੇ ਆਏ ਉਹਦੇ ਲਈ ਧੰਨਵਾਦ ਤੁਹਾਡਾ ਹੀ ਧੰਨਵਾਦ ਜੀ ਬਹੁਤ ਬਹੁਤ ਪਰ ਅੱਜ ਤੁਹਾਨੂੰ ਇੱਕ ਲੋਕਲ ਟਰੈਵਲਰ ਦੇ ਤੌਰ ਦੇ ਉੱਤੇ ਤੁਹਾਨੂੰ ਕੁਛ ਇਨਫੋਰਮੇਸ਼ਨ ਦੇਣੀ ਚਾਹੁੰਦੇ ਹਾਂ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਕਿ ਬਠਿੰਡਾ ਦੇ ਵਿੱਚ ਫੈਕਟਰੀ ਆਊਟਲੈਟ ਖੁੱਲ੍ਹਿਆ ਹੋਇਆ ਉੱਥੇ ਕਾਫੀ ਸਾਰੇ ਸਟੋਰਸ ਨੇਗੇ ਅੱਜ ਤੁਹਾਨੂੰ ਉਹ ਸਾਰੇ ਸਟੋਰਾਂ ਦੇ ਉੱਤੇ ਆਪਾਂ ਜਾਣਕਾਰੀ ਦੇਵਾਂਗੇ ਕਿ ਕਿਹੜੇ ਸਟੋਰ ਦੇ ਵਿੱਚ ਕਿਸ ਤਰੀਕੇ ਦਾ ਕੀ ਕੁਛ ਚੱਲ ਰਿਹਾ ਹੈਗਾ ਕਿੰਨਾ ਔਫਰ ਚੱਲ ਰਿਹਾ ਕਿਹੜੀ ਸੇਲ ਲੱਗੀ ਹੋਈ ਹੈ ਕੀ ਹੈ ਤੁਹਾਨੂੰ ਸਾਰਾ ਅੱਜ ਫੈਕਟਰੀ ਆਊਟਲੈਟ ਦਾ ਟੂਰ ਕਰਾਵਾਂਗੇ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਵੀਡੀਓ ਦੇ ਅਗਲੇ ਪਾਰਟ ਅਰੂਲੀਆ ਦਾ ਦੋਸਤੋ ਇੱਥੇ ਔਫਰ ਚੱਲ ਰਿਹਾ ਬਾਏ 3 ਗੈਟ 2 ਉਸ ਤੋਂ ਬਾਅਦ ਆ ਜਾਂਦਾ ਐਲਨ ਸੋਲੀ ਦੇ ਵਿੱਚ ਵੀ ਬਾਏ 2 ਗੈਟ 2 ਦੀ ਔਫਰ ਚੱਲ ਰਹੀ ਹੈਗੀ ਉਸ ਤੋਂ ਬਾਅਦ ਆਪਣੇ ਉੱਤੇ ਆ ਜਾਂਦਾ ਅਪਟੇਵ ਦੋਸਤੋ ਦੋ ਬੰਦੇ ਖੜ੍ਹੇ ਨੇਗੇ ਆਪਾਂ ਇਹਨਾਂ ਬਾਈਆਂ ਕੋਲ ਚੱਲ ਦਿਆਂਗੇ ਬਾਈ ਤੁਹਾਡੀ ਲਾਈਵ ਚੱਲ ਰਹੀ ਹੈਗੀ ਇੰਟਰਵਿਊ ਤੁਸੀਂ ਇਸੇ ਸਟੋਰ ਤੋਂ ਹੋ ਬਾਈ ਜੀ ਤੁਸੀਂ ਸ਼ੋਪਿੰਗ ਕਰਨ ਆਏ ਸੀਗੇ ਤੁਹਾਨੂੰ ਕਿੱਦਾਂ ਲੱਗਿਆ ਬਾਈ ਇੱਥੋਂ ਦਾ ਐਕਸਪੀਰੀਅੰਸ ਸ਼ੋਪਿੰਗ ਕਰਦੇ ਹੋਏ ਬਹੁਤ ਵਧੀਆ ਲੱਗਿਆ ਭਰਾ ਆਪਣਾ ਤੁਹਾਨੂੰ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਕੀ ਨਾਮ ਆ ਬਾਈ ਜੀ ਹੈਂਜੀ ਪ੍ਰਦੀਪ ਸਿੰਘ ਅਤੇ ਤੁਹਾਨੂੰ ਬ੍ਰਦਰ ਕਿੱਦਾਂ ਦਾ ਲੱਗਿਆ ਤੁਹਾਡਾ ਇਹ ਮਾਹੌਲ ਕਿਵੇਂ ਦਾ ਬਣਿਆ ਹੋਇਆ ਅੱਜ ਤੁਹਾਡੇ ਤੁਸੀਂ ਇੱਥੇ ਆਏ ਹੋਗੇ ਬਹੁਤ ਵਧੀਆ ਬਣਿਆ ਹੋਇਆ ਤੁਹਾਨੂੰ ਇੱਥੇ ਤੁਹਾਨੂੰ ਲੱਗਦਾ ਕਿ ਬਾਕੀ ਕੋਈ ਡਿਸਕਾਊਂਟ ਵਗੈਰਾ ਚੱਲ ਰਿਹਾ ਹੈਗਾ ਜਾਂ ਕੁਛ ਵੀ ਹੈ ਡਿਸਕਾਊਂਟ ਹੁੰਦਾ ਡਿਸਕਾਊਂਟ ਹੁੰਦਾ ਬਾਈ ਜੀ ਵਧੀਆ ਤਰੀਕੇ ਨਾਲ ਡਿਸਕਾਊਂਟ ਆ ਜਾਂ ਜਾਲੀ ਜਿਹਾ ਤਰੀਕੇ ਨਾਲ 40-50 ਮਿਲ ਜਾਂਦਾ 40-50 ਮਿਲ ਜਾਂਦਾ ਉਸ ਤੋਂ ਬਿਨਾਂ ਦੋਸਤੋ ਇੱਥੇ ਬਲੈਕਬੇਰੀ ਦਾ ਸ਼ੋਰੂਮ ਵੀ ਆ ਬਲੈਕਬੇਰੀ ਦੇ ਉੱਤੇ ਔਫਰ ਬੜੀ ਤਕੜੀ ਲਾਈ ਹੋਈ ਆ ਬਲੈਕਬੇਰੀ ਦੇ ਉੱਤੇ ਲਾਇਆ ਹੋਇਆ ਹੈਗਾ ਬਾਏ 3 ਗੈਟ 7 ਬਹੁਤ ਹੀ ਭਾਰੀ ਡਿਸਕਾਊਂਟ ਹੈਗਾ ਤੁਸੀਂ ਇੱਥੇ ਆ ਸਕਦੇ ਹੋਗੇ ਆ ਕੇ ਟਰਾਈ ਕਰ ਸਕਦੇ ਹੋ ਸ਼ੋਰੂਮਾਂ ਦੇ ਉੱਤੇ ਅਤੇ ਦੋਸਤੋ ਤੁਸੀਂ ਆਹ ਦੇਖੋ ਇਹਨਾਂ ਨੇ ਲਾਇਆ ਹੋਇਆ ਮੋੜ 399 ਲੇਡੀਜ਼ ਦਾ ਜੋ ਸਮਾਨ ਹੈਗਾ ਤੁਸੀਂ ਮੋੜ ਵਾਲਿਆਂ ਦੇ ਰੈਡ ਟੇਪ ਵਾਲਿਆਂ ਦੇ ਲੈ ਸਕਦੇ ਹੋ 399 ਤੋਂ ਸਟਾਰਟ ਹੈਗਾ ਇਹ ਸਾਰੇ ਫੈਕਟਰੀ ਆਊਟਲੈਟਸ ਨੇਗੇ ਇੱਥੇ ਬਹੁਤ ਤਰੀਕੇ ਦਾ ਡਿਸਕਾਊਂਟ ਲੱਗਿਆ ਹੁੰਦਾ ਡਿਫਰੈਂਟ ਟਾਈਪ ਦਾ ਮੌਂਟੀ ਕਾਰਲੋ ਫੈਕਟਰੀ ਆਊਟਲੈਟ ਹੈਗਾ ਗਾ ਤੁਸੀਂ ਇੱਥੇ ਵੀ ਆਪਣੀ ਸ਼ੋਪਿੰਗ ਕਰ ਸਕਦੇ ਹੋਗੇ ਮੌਂਟੀ ਕਾਰਲੋ ਦੇ ਉੱਤੇ ਜੋ ਲੱਗਿਆ ਹੋਇਆ ਹੈਗਾ ਡਿਸਕਾਊਂਟ ਉਹ ਹੈ ਬਾਏ 1 ਗੈਟ 1 ਉਸ ਤੋਂ ਬਾਅਦ ਆ ਜਾਂਦਾ ਜੀ ਸਪਾਈਕਰ ਦੇ ਉੱਤੇ ਲਾਇਆ ਹੋਇਆ ਅਪ ਟੂ 60% ਆ ਬਾਈ ਇਹਦੇ ਨਾਲ ਆਪਾਂ ਗੱਲਬਾਤ ਕਰ ਲੈਣਾ ਬਾਈ ਤੁਸੀਂ ਸਪਾਈਕਰ ਵਾਲੇ ਹੀ ਹੋਗੇ ਕੀ ਔਫਰ ਚੱਲ ਰਿਹਾ ਬਾਈ ਜੀ ਤੁਹਾਡਾ ਇੱਥੇ ਅਪ ਟੂ 60% ਆ ਜੀ ਅਤੇ ਮਿਨੀਮਮ ਪ੍ਰਾਈਸ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਰੇਂਜ ਤੋਂ ਤੁਹਾਡੀ ਸ਼ੋਪ ਦੇ ਉੱਤੇ ਆਈਟਮਾਂ ਸਟਾਰਟ ਨੇਗੀਆਂ ਆਪਣੀ ਮੰਨ ਲਓ ਸ਼ਰਟ 900,000 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਓਕੇ ਜੀ ਓਕੇ ਅਤੇ ਮੈਕਸੀਮਮ ਤੁਹਾਡਾ ਕਿਹੜੇ ਕਿੱਥੋਂ ਤੱਕ ਜਾਂਦਾ ਹੈਗਾ ਮੈਕਸੀਮਮ ਆਪਣੀ ਹੈਗੀ ਹੈ ਮੰਨ ਕੇ ਚੱਲੋ ਵੀ 2500-2700 ਤੱਕ ਪੈਂਦੀ ਹੈ ਜੀ 2500-2700 ਬਾਅਦ ਦੋਸਤੋ ਆਪਾਂ ਆ ਜਾਂਦੇ ਹਾਂ ਜੀ ਐਡੀਡਾਸ ਦੇ ਆਊਟਲੈਟ ਦੇ ਉੱਤੇ ਬੜੀਆਂ ਸਾਰੀਆਂ ਫੈਮਿਲੀਜ਼ ਨੇਗੀਆਂ ਜੋ ਇੱਥੇ ਆ ਰਹੀਆਂ ਨੇਗੀਆਂ ਸ਼ੋਪਿੰਗ ਕਰਨ ਦੇ ਲਈ ਐਤਵਾਰ ਦਾ ਦਿਨ ਹੈਗਾ ਦੋਸਤੋ ਬੜੀ ਭਾਰੀ ਡਿਸਕਾਊਂਟ ਸੇਲ ਲੱਗੀ ਹੋਈ ਹੈਗੀ ਇੱਥੇ ਤੁਸੀਂ ਦੇਖ ਸਕਦੇ ਹੋ ਰੀਬੋਕ ਦੇ ਉੱਤੇ ਵੀ ਤੁਹਾਨੂੰ ਅਪ ਟੂ 60% ਇਹਨਾਂ ਨੇ ਜੋ ਲਾਇਆ ਹੋਇਆ ਹੈਗਾ ਵੁੱਡਲੈਂਡ ਆ ਗਿਆ ਵੁੱਡਲੈਂਡ ਦੇ ਉੱਤੇ ਵੀ ਇਹਨਾਂ ਨੇ ਫਲੈਟ 50 ਲਾਇਆ ਹੋਇਆ ਹੈਗਾ ਦੋਸਤੋ ਬੜੀਆਂ ਗੱਡੀਆਂ ਖੜੀਆਂ ਨੇਗੀਆਂ ਇੱਥੇ ਬੜਾ ਕੁਛ ਹੈ ਉਸ ਤੋਂ ਬਿਨਾਂ ਅੱਗੇ NH7 ਦਾ ਜੋ ਆਫਿਸ ਹੈਗਾ ਉਹ ਆ ਜਾਂਦਾ ਉਸ ਤੋਂ ਬਾਅਦ ਟੋਮੀ ਹਿਲਫਿਗਰ ਵਰਗੇ ਆ ਜਾਂਦੇ ਨੇ ਵੈਨ ਹੋਸਨ ਹੋ ਗਿਆ ਲੂਇਸ ਫਿਲਪ ਹੋ ਗਿਆ ਪੀਟਰ ਇੰਗਲੈਂਡ ਹੋ ਗਿਆ ਤਿੰਨਾਂ ਦੇ ਉੱਤੇ ਦੋਸਤੋ ਫਲੈਟ 50 ਦਾ ਜੋ ਲਾਇਆ ਹੋਇਆ ਹੈਗਾ ਇਹਨਾਂ ਨੇ ਡਿਸਕਾਊਂਟ ਆਫਰ ਅਗਰ ਆਪਾਂ UCV ਦੀ ਗੱਲ ਕਰੀਏ ਤਾਂ ਇਹਨਾਂ ਨੇ ਲਾਇਆ ਹੋਇਆ ਹੈਗਾ ਜੀ ਅਪ ਟੂ 60 ਦਾ 60% ਔਫ ਤੁਸੀਂ ਲੈ ਸਕਦੇ ਹੋ ਅਤੇ ਇੱਥੇ ਦੋਸਤੋ ਜੋ ਸਲਮਾਨ ਖਾਨ ਦਾ ਜੋ ਬ੍ਰਾਂਡ ਹੈਗਾ ਬੀਇੰਗ ਹਿਊਮਨ ਉਹ ਵੀ ਲੱਗਿਆ ਹੋਇਆ ਅਤੇ ਇਹਨਾਂ ਨੇ ਵੀ ਜੋ ਆਪਣੀ ਸੇਲ ਲਾਈ ਹੋਈ ਹੈਗੀ ਉਹ ਸੇਲ 50% ਲਾਈ ਹੋਈ ਹੈਗੀ 50% ਸੇਲ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਦੋਸਤੋ US ਪੋਲੋ ਡਿਊਕ
पार्क एवेन्यू एंड बीबा फैक्टरी आउटलैट ਇਹ ਵੀ ਇੱਥੇ ਅਵੇਲੇਬਲ ਨੇ ਜੀ। ਇਸ ਤੋਂ ਬਾਅਦ ਆ ਜਾਂਦਾ ਗਾ ਜੈਕ ਐਂਡ ਜੌਨਸ ਐਰੋ ਵਗੈਰਾ ਫਰੈਸ਼ ਕਨੈਕਸ਼ਨਸ ਜਿਹਨੂੰ ਆਪਾਂ ਕਹਿੰਦੇ ਹਾਂ ਯੂ ਐਸ ਪੋਲੋ ਦੇ ਵਿੱਚ ਉਹ ਵੀ ਇੱਥੇ ਅਵੇਲੇਬਲ ਹੈਗਾ। ਅਮੈਰੀਕਨ ਈਗਲ ਦੇਖੋ ਦੋਸਤੋ ਅਮੈਰੀਕਨ ਈਗਲ ਦੇ ਸੇਲ ਦੇ ਬੜੇ ਵੱਡੇ ਵੱਡੇ ਬੋਰਡ ਲਗਾਏ ਹੋਏ ਹੈਗੇ ਇਹਨਾਂ ਨੇ ਦਿੱਤੀ ਹੋਈ ਆ ਅਪ ਟੂ 60% ਜੋ ਇੱਥੇ ਛੋਟ ਦਿੱਤੀ ਹੋਈ ਹੈਗੀ ਦੋਸਤੋ। ਕਹਿੰਦੇ ਸੀਗੇ ਬਠਿੰਡਾ ਗਾ ਪਰ ਬਠਿੰਡੇ ਨੇ ਤਰੱਕੀ ਬੜੀ ਕਰ ਲਈ ਹੈਗੀ। ਤੁਸੀਂ ਦੇਖੋ ਮਹਿਲ ਵਰਗੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਇੱਥੇ ਖੜੀਆਂ ਕੀਤੀਆਂ ਹੋਈਆਂ ਨੇਗੀਆਂ। ਉਸ ਤੋਂ ਬਾਅਦ ਆ ਗਿਆ ਕਲੌਂਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਫਲੈਟ 60% ਹੈਗਾ ਗਾ। ਆਪਾਂ ਬਾਈ ਜੀ ਕੋਲ ਤੁਹਾਡਾ ਜੋ ਕਲੌਂਗ ਦਾ ਬ੍ਰਾਂਡ ਹੈਗਾ ਕਿਹੜੀ ਕੰਟਰੀ ਵਗੈਰਾ ਦਾ ਗਾ ਕੀ ਪ੍ਰਾਈਸ ਟੈਗ ਨੇਗੇ ਅਤੇ ਕੀ ਤੁਹਾਡੇ ਆਫਰ ਵਗੈਰਾ ਚੱਲ ਰਹੇ ਆ? ਬੰਬੇ ਦਾ ਬ੍ਰਾਂਡ ਹੈ ਭਾਅ ਜੀ। ਬੰਬੇ ਦਾ ਬ੍ਰਾਂਡ ਹੈ ਜੀ ਇਹ ਤੇ ਪ੍ਰਾਈਸ ਟੈਗ ਵਗੈਰਾ ਕਿਹਨੇ ਕਿੱਥੇ ਕਿਹੜੀ ਕੁਆਲਿਟੀ ਤੋਂ ਕੱਪੜਾ ਸ਼ੁਰੂ ਹੁੰਦਾ ਗਾ ਜਾਂ ਤੁਹਾਡੇ ਕਿੱਥੋਂ ਕਰਾ? ਆਪਣੇ MRP ਪੈਂਟ ਦੀ ਸਟਾਰਟਿੰਗ ਹੋ ਜਾਂਦੀ ਹੈ 2200 ਤੋਂ। 2200 ਤੋਂ ਸਟਾਰਟ ਹੋ ਜਾਂਦਾ ਭਾਈ ਜੀ ਤੇ 4000 ਤੱਕ MRP ਹੈ ਜੀ। 4000 ਤੱਕ MRP ਹੈ ਜੀ। ਆਪਣਾ ਹੈਗਾ by 140 by 250 ਹੈ। by 140 by 250 ਤੇ ਕੋਈ 60% ਆਫਰ ਕਿੰਨੇ ਤੇ ਆਫਰ ਜੀ? 60% ਆਫਰ ਵਿੰਟਰ ਵੀਅਰ ਤੇ। ਅੱਛਾ ਵਿੰਟਰ ਵੀਅਰ ਤੇ 60% ਆਫਰ ਕਵੇ ਕਿ ਭਾਈ ਇਸ ਚੈਨਲ ਤੋਂ ਦੇਖਿਆ ਸੀਗਾ ਤੇ ਆਏ ਆ ਕਿਉਂਕਿ ਚੈਨਲ ਆਪਣਾ ਨਵਾਂ ਸ਼ੁਰੂ ਹੋਇਆ ਹੈਗਾ ਹਜੇ ਤੇ ਉਹਨਾਂ ਨੂੰ ਕੀ ਆਫਰ ਦਵੋਗੇ ਭਾਈ ਤੁਸੀਂ? ਕੋਈ ਗੱਲ ਨਹੀਂ ਭਾਈ ਜਿੰਨਾ ਆਪਣਾ ਹੋਇਆ ਆਪਣੇ ਅੱਛੇ ਫੁੱਲ ਕਰਾਂਗੇ ਆਪਾਂ। ਲੰਡਨ ਕਾਟਨ ਲੰਡਨ ਦੇਖੋ ਦੋਸਤੋ ਕਹਿ ਦਿਓ ਕੋਈ ਇਹਨੂੰ ਬਠਿੰਡਾ ਗਾ ਕਿੰਨਾ ਸੋਹਣਾ ਇਨਫਰਾਸਟ੍ਰਕਚਰ ਖੜਾ ਕਰਤਾ ਅੱਜ ਕੱਲ੍ਹ ਬਠਿੰਡੇ ਦੇ ਵਿੱਚ। ਕਹਿੰਦੇ ਬਾਦਲਾਂ ਦਾ ਸ਼ਹਿਰ ਹੈਗਾ। ਉਸ ਤੋਂ ਬਾਅਦ ਕੈਂਟਾ ਬਿੱਲ ਵਗੈਰਾ ਆ ਜਾਂਦਾ। ਕੈਂਟਾ ਬਿੱਲ ਦੇ ਉੱਤੇ ਫਲੈਟ 50% ਆਫ ਹੈਗਾ। ਫੈਕਟਰੀ ਆਊਟਲੈਟ ਆ ਜਾਂਦਾ ਜੀ ਫਿਲਾ ਦਾ ਇਹਨੂੰ ਬੈਲ ਰਿਹਾ ਰਿਚ ਲੁੱਕ ਕੋਲੰਬੀਆ ਨਾਇਕੀ ਇੰਡੀਅਨ ਟਰਨ ਫਸਟ ਕਰਾਈ ਇਹ ਸਾਰੇ ਜੋ ਇੱਥੇ ਬ੍ਰਾਂਡਸ ਨੇਗੇ ਅਵੇਲੇਬਲ ਨੇ। ਤੁਸੀਂ ਇੱਥੇ ਆ ਕੇ ਵਧੀਆ ਸ਼ੋਪਿੰਗ ਕਰੋ ਦੋਸਤੋ ਤੁਸੀਂ ਇੱਕ ਅਲੱਗ ਤਰੀਕੇ ਦਾ ਹੀ ਡਿਸਕਾਊਂਟ ਮਹਿਸੂਸ ਕਰੋਗੇ ਇੱਥੇ ਕਿ ਇੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਇੱਥੇ ਡਿਸਕਾਊਂਟ ਮਿਲ ਰਿਹਾ ਗਾ। ਲੀ ਦਾ ਫੈਕਟਰੀ ਆਊਟਲੈਟ ਵੀ ਇੱਥੇ ਅਵੇਲੇਬਲ ਹੈ ਜੀ ਅਤੇ ਕੈਲਕੈਟੋ ਦਾ ਇਹਨਾਂ ਦੇ ਬਾਏ ਵਨ ਗੈੱਟ ਵਨ ਫਰੀ ਦੀ ਔਫਰ ਲਾਈ ਹੋਈ ਹੈਗੀ। ਅਤੇ ਅਗਰ ਤੁਸੀਂ ਇੱਥੇ ਦੇਖੋਗੇ ਤਾਂ ਨੇਵਾ ਵਗੈਰਾ ਸਟੀਲ ਜੀਨਸ ਇਹ ਵੀ ਸਾਰੀਆਂ ਅਵੇਲੇਬਲ ਨੇਗੀਆਂ। ਉਸ ਤੋਂ ਬਾਅਦ ਐਵਰ ਗ੍ਰੀਨ ਫੈਮਿਲੀ ਆਊਟਲੈਟ ਵੀ ਤੁਹਾਨੂੰ ਇੱਥੇ ਮਿਲ ਜਾਏਗਾ। ਨੋਟਿਕਾ ਨੂੰ ਬੜਾ ਵਧੀਆ ਬ੍ਰਾਂਡ ਮੰਨਿਆ ਜਾਂਦਾ ਦੋਸਤੋ। ਇੱਕ ਬਹੁਤ ਹੀ ਸ਼ਾਨਦਾਰ ਬ੍ਰਾਂਡ ਹੈਗਾ। ਸ਼ਾਨਦਾਰ ਬ੍ਰਾਂਡ ਦੇ ਵਿੱਚ ਅਗਰ ਤੁਸੀਂ ਲਾਇਆ ਹੋਇਆ ਇਹਨਾਂ ਨੇ ਔਫਰ ਅਗਰ ਤੁਸੀਂ ਬਾਏ ਟੂ ਕੋਈ ਦੋ ਆਈਟਮਾਂ ਲੈਂਦੇ ਹੋਗੇ ਤਾਂ ਬਾਏ ਟੂ ਦੇ ਉੱਤੇ ਤੁਹਾਨੂੰ ਇਹ 40% ਦਿੱਤਾ ਜਾਊਗਾ ਅਤੇ ਅਗਰ ਤੁਸੀਂ ਬਾਏ ਵਨ ਲੈਂਦੇ ਹੋਗੇ ਤਾਂ ਬਾਏ ਵਨ ਦੇ ਉੱਤੇ ਇਹ ਤੁਹਾਨੂੰ 30% ਡਿਸਕਾਊਂਟ ਦਿੰਦੇ ਨੇ। ਉਸ ਤੋਂ ਬਾਅਦ ਆ ਜਾਂਦਾ ਰੋਡਸਟਰ। ਅਗਰ ਤੁਸੀਂ ਖਾਣ ਪੀਣ ਦੀ ਗੱਲ ਕਰਦੇ ਹੋਗੇ ਤਾਂ ਖਾਣ ਪੀਣ ਦੇ ਲਈ ਇੱਕ ਬਹੁਤ ਹੀ ਨਾਮਵਾਰ ਰੈਸਟੋਰੈਂਟ ਸਾਗਰ ਰਤਨਾ ਜੋ ਸਾਊਥ ਇੰਡੀਅਨ ਨੌਰਥ ਇੰਡੀਅਨ ਅਤੇ ਚਾਈਨੀਜ਼ ਵੈੱਜ ਨੌਨ ਵੈੱਜ ਰੈਸਟੋਰੈਂਟ ਇਹ ਵੀ ਇੱਥੇ ਅਵੇਲੇਬਲ ਹੈਗਾ। ਤੁਸੀਂ ਇੱਥੇ ਆ ਕੇ ਵੀ ਆਪਣਾ ਖਾ ਪੀ ਸਕਦੇ ਹੋ ਤੁਸੀਂ ਵਧੀਆ ਤਰੀਕੇ ਨਾਲ। ਜੇ ਖਾਣ ਪੀਣ ਦਾ ਪ੍ਰਬੰਧ ਦੇਖਿਆ ਜਾਵੇ ਦੋਸਤੋ ਤਾਂ ਇੱਥੇ ਇੱਕ ਜੂਸ ਬਾਰ ਨਾਂ ਦੀ ਸਟੋਲ ਲੱਗੀ ਹੋਈ ਆ। ਨੈਸ਼ਨਲ ਹਾਈਵੇ ਫਾਰਮ ਫਰੈਸ਼ ਦੀ ਵੀ ਇੱਥੇ ਇੱਕ ਸਟੋਲ ਲੱਗੀ ਹੋਈ ਆ। ਉਸ ਤੋਂ ਬਾਅਦ ਆ ਜਾਂਦੀ ਆ ਜੀ ਦਾ ਫ੍ਰਿਸਟੋ ਕੈਫੇ। ਫ੍ਰਿਸਟੋ ਕੈਫੇ ਦੇ ਵਿੱਚ ਤੁਸੀਂ ਬਰਗਰ ਪੀਜ਼ਾ ਤੋਂ ਲੈ ਕੇ ਕੌਫੀ ਹੌਟ ਡੌਗ ਵਗੈਰਾ ਸਾਰਾ ਕੁਛ ਇੱਥੋਂ ਮਿਲ ਜਾਂਦਾ ਗਾ ਆਸਾਨੀ ਦੇ ਨਾਲ। ਤੁਸੀਂ ਇੱਥੋਂ ਸਾਰਾ ਕੁਛ ਲੈ ਸਕਦੇ ਹੋਗੇ ਦਾ ਫ੍ਰਿਸਟੋ ਕੈਫੇ। ਫ੍ਰਿਸਟੋ ਕੈਫੇ ਤੋਂ ਬਾਅਦ ਆ ਜਾਂਦਾ ਜੀ ਦਾ ਮਨੋਜ ਚਾਟ ਵਾਲਿਆਂ ਤੋਂ ਬਾਅਦ ਇੱਕ ਚਾਹ ਸ਼ੋਟ ਵੀ ਆ ਜਾਂਦਾ। ਅਗਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋਗੇ ਤਾਂ ਤੁਸੀਂ ਚਾਹ ਇੱਧਰਲੀ ਸਾਈਡ ਤੋਂ ਤੁਸੀਂ ਪੀ ਸਕਦੇ ਹੋਗੇ ਉੱਥੋਂ। ਦੋਸਤੋ ਅਗਰ ਦੇਖਿਆ ਜਾਵੇ ਤਾਂ ਨਾ ਇੱਥੇ ਪਗੜੀ ਸੈਂਟਰ ਵੀ ਇੱਕ ਮੌਜੂਦ ਹੈਗਾ ਪਰ ਹੈ ਥੋੜ੍ਹਾ ਜਿਹਾ ਸਾਈਡ 'ਤੇ, ਤੁਹਾਨੂੰ ਦੇਖਣ ਦੇ ਵਿੱਚ ਮੁਸ਼ਕਲ ਆ ਸਕਦੀ ਹੈਗੀ। ਬਟ ਜਦੋਂ ਤੁਸੀਂ ਆਪਣੇ ਜੂਸ ਬਾਰ ਦੇ ਨਾਲ ਹੀ ਤੁਸੀਂ ਲੈਫਟ ਟਰਨ ਲਾਓਗੇ ਤਾਂ ਸਾਹਮਣੇ ਤੁਹਾਨੂੰ ਪਟਿਆਲਾ ਪਗੜੀ ਸੈਂਟਰ ਵੀ ਦਿਖੇਗਾ। ਦੋਸਤੋ ਚਾਹ ਸ਼ੋਟ ਦੇਖੋ ਤੁਸੀਂ ਇੱਥੇ ਖੁੱਲ੍ਹਿਆ ਹੋਇਆ। ਸਫਾਰੀ ਅਤੇ VIP ਐਕਸਪ੍ਰੈਸ ਜਿਨ੍ਹਾਂ ਦੇ ਟਰੈਵਲ ਕਰਨ ਦੇ ਲਈ ਜੋ ਬੈਗ ਵਗੈਰਾ ਨੇ ਬੜੇ ਵਧੀਆ ਹੁੰਦੇ ਨੇ। ਦੇਖਿਆ ਜਾਵੇ ਤਾਂ ਗੱਡੀਆਂ ਬੜੇ ਦੂਰੋਂ ਦੂਰੋਂ ਆਈਆਂ ਹੋਈਆਂ। ਚਲੋ PB3 ਤਾਂ ਲੋਕਲੀ ਹੈਗੀ। ਆਹ ਦੇਖੋ PB31 ਆਈ ਹੋਈ ਆ, ਫਿਰ PB03 ਆ ਗਈ ਦੋਸਤੋ।
फिर आ गई जी PV19, ये हैगी है बरनाले की गड्डी PV11 पटियाला, कहते पटियाला शहर मित्रां दा बहुत सोहना शहर आ पटियाला, पटियाले शहर नाल बहुत ज़्यादा जुड़िया ने जी अपनिया। तो PV13 भी आ गया जी संगरूर का नंबर I20 के उत्ते देख सकते हो गए। PV30 आ गया जी, मतलब HR नंबर आ गया जी, आ देखो हरियाणे तो भी लोग इतने आते हैं। PV7 PV30 बहुत लोग ने गे जिहड़े इत्थे आउंदे ने गे। दोस्तो ये अज्ज दा व्लॉग अपना जो कि पुच्चो मंडी दे विच आदेश यूनिवर्सिटी दे बिल्कुल सामने फैक्टरी आउटलैट दा सीगा। तुसी दोस्तो इत्थे आओ, अपना टाइम बचा के संडे नूं आ सकदे हो, सैटरडे नूं आ सकदे हो, तुहानूं वधिया तरीके दीआं सेल्स नेगीआं जो ओह मिलणगीआं। सेल्स दे विच तुहानूं बहुत ज़्यादा हैवी ऑफरस मिलणगे जो तुसी ऑफरस दा इंजॉय करके अपनी सस्ते भा शॉपिंग कर सकते होंगे। दोस्तों क्रॉस दे आउटलैट, मोची दे आउटलैट, ईवन सुपर ड्राई दा आउटलैट भी इत्थे मौजूद हैगा। दोस्तों ये सीगा अज्ज दा व्लॉग अपना, मिलते हैं जी हुण आपां अगले व्लॉग दे विच, तद तक लई।